ਕਿਵੇਂ ਹੋ ਤੁਸੀਂ ਸਾਰੇ ਹੋਪ ਕਰਦਾ ਠੀਕ ਹੋਵੋਗੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਦੇ ਨਵੇਂ ਵਲੌਗ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਸਾਰਿਆਂ ਨੂੰ ਦੱਸਦਾ ਕਿ ਅੱਜ 23 ਮਾਰਚ ਆ ਅਤੇ ਉਹਨਾਂ ਸ਼ਹੀਦਾਂ ਨੂੰ ਦੇਸ਼ ਭਗਤਾਂ ਨੂੰ ਮੇਰਾ ਦਿਲੋਂ ਸਲੂਟ ਆ ਯਾਰ ਜਿਨ੍ਹਾਂ ਨੇ ਆਪਣੇ ਦੇਸ਼ ਦੀ ਆਜ਼ਾਦੀ ਲਈ ਹੈ ਨਾ ਅੱਜ ਦੇ ਦਿਨ ਕੁਰਬਾਨੀ ਦਿੱਤੀ ਸੀ ਅਤੇ ਯਾਰ ਦਿਲੋਂ ਸਲੂਟ ਆ ਉਹਨਾਂ ਨੂੰ ਅਤੇ ਅੱਜ ਅਸੀਂ ਕਰੇ ਹਾਂ ਉਸ ਦੀ ਵੀ ਛੁੱਟੀ ਆ ਅਤੇ ਗਰਨੂਰ ਬਾਈ ਨੂੰ ਰੋਟੀ ਫੜਾ ਰਿਹਾ ਲੈਂਟਰ ਆਪਣੇ ਪੈ ਗਿਆ ਗਾ ਥੱਲੜਾ ਲੈਂਟਰ ਹੁੰਦਾ ਜਿਹੜਾ ਉਹ ਪੈ ਗਿਆ ਆ ਅਤੇ ਹੁਣ ਅਸੀਂ ਬੈਠੇ ਗੇਮ ਖੇਡ ਰਹੇ ਹਾਂ ਪੜ੍ਹਾਈ ਤਾਂ ਮੈਂ ਕਰ ਲਈ ਹੈਗੀ ਥੋੜ੍ਹਾ ਬਹੁਤਾ ਕੰਮ ਸੀਗਾ ਉਹ ਵੀ ਕਰ ਲਿਆ ਅਤੇ ਪੜ੍ਹ ਵਗੈਰਾ ਵੀ ਲਏ ਆ ਹੁਣ ਗੇਮ ਖੇਡ ਰਹੇ ਹਾਂ ਗਾਈਸ ਰੋਟੀ ਵਗੈਰਾ ਖਾ ਲਈ ਆ ਅਤੇ ਹੁਣ ਸੀ ਆਈ ਡੀ ਦੇਖ ਰਹੇ ਹਾਂ ਨਾਲ ਨਾਲ ਮੈਂ ਕਲੇ ਨਾਲ ਖੇਡ ਰਿਹਾ ਅਤੇ ਗਾਈਜ਼ ਅਸੀਂ ਘਰੋਂ ਬਾਹਰ ਆਏ ਹਾਂ ਨਾ ਵਿਸ਼ਾਲ ਟੈਲੀਕੋਮ ਦੇ ਮੰਮੀ ਵਾਲਾ ਫੋਨ ਸੈੱਟ ਕਰਾਉਣ ਅਤੇ ਹੈ ਨਾ ਉਹਦਾ ਵਟਸਐਪ ਨਹੀਂ ਚੱਲ ਰਿਹਾ ਸੀਗਾ ਅਤੇ ਸਾਡੇ ਤੋਂ ਵੀ ਨਹੀਂ ਹੋਇਆ ਅਤੇ ਹੁਣ ਨਾਲੇ ਸਾਡੇ ਫੋਨ ਦਾ ਗਾਰਡ ਟੁੱਟ ਗਿਆ ਸੀ ਨਾ ਅਤੇ ਗਾਰਡ ਲਵਾਇਆ ਅਤੇ ਸਸਤਾ ਹੀ ਪੈ ਗਿਆ ਘਰ ਆ ਗਏ ਹਾਂ ਅਤੇ ਬਹਿੰਦੇ ਹਾਂ ਫਿਰ ਅਤੇ ਹੁਣ 30 ਦਾ ਨਹੀਂ ਲੱਗਿਆ 100 ਦਾ ਲੱਗਿਆ 30 ਦਾ ਕਹਿੰਦਾ ਲੈ ਚਲੋ ਯਾਰ ਘਰ ਚਾਹ ਕੇ ਕਰਦੇ ਹਾਂ ਗੱਲ ਫਿਰ ਮੈਂ ਸਮੂਥ ਨਾਲ ਸੁਣ ਅਸੀਂ ਘਰ ਆ ਗਏ ਹਾਂਗੇ ਅਤੇ ਮੈਂ ਤੁਹਾਨੂੰ ਲੈਂਟਰ ਵਾਲੀ ਸੇਵਾ ਦਿਖਾਉਂਦੇ ਹਾਂ ਗਾਈਸ ਪੜ੍ਹਨਾ ਵੀ ਜ਼ਰੂਰੀ ਆ ਇਸ ਕਰਕੇ ਹੈ ਨਾ ਹੁਣ ਮੈਂ ਕਿਤਾਬ ਚੱਕ ਲਈ ਆ ਅਤੇ ਪੜ੍ਹਦੇ ਹੁਣ ਸਾਇੰਸ ਦਾ ਪੜ੍ਹਦੇ ਆ ਫਿਰ ਇੰਗਲਿਸ਼ ਦਾ ਫਿਰ SST ਦਾ ਪੜ੍ਹਾਏ ਗਾਈਸ ਥੋੜ੍ਹਾ ਬਹੁਤਾ ਮੈਂ ਪੜ੍ਹ ਲਿਆ ਹੁਣ ਨਾ ਮੇਰੇ ਕੋਲ 20 ਰੁਪਏ ਆ ਅਤੇ ਚੀਜ਼ ਲੈ ਕੇ ਸੀ ਆ ਜਾਓ ਚੱਲੀ ਮੈਂ ਕਣਕ ਸੁੱਕਣੀ ਪਾਉਣ ਅਤੇ ਦੇਖੋ ਮੈਂ ਤਾਂ ਪਾਤੀ ਆ ਜਿੰਨੀ ਵਾਰੀ ਪਾਉਂਦੀ ਸੀ ਖੁਰਾਕ ਕਰਨੇ ਕੈਟਲੀ ਕੁਰਕਰੇ ਆ ਗਏ ਨਾ ਮੇਰਾ ਮੂੰਹ ਮੱਚ ਗਿਆ ਅਤੇ ਹੁਣ ਇਸ ਕਰਕੇ ਮੈਂ ਬਣਾਊਂਗਾ ਕੱਚੀ ਮਿੱਠੀ ਲੱਸੀ ਅਤੇ ਬਹੁਤ ਮੈਨੂੰ ਟੇਸਟ ਲੱਗਦਾ ਉਹ ਕਾਂ ਕੱਪੜਾ ਛੁੱਟੀ ਆ ਤਾਂ ਤੋਂ ਗਾਈਸ ਮੈਂ ਕੱਚੀ ਲੱਸੀ ਨਹੀਂ ਬਣਾਈ ਪਤਾ ਕੀ ਹੋਇਆ ਮਿੱਠੀ ਕੱਚੀ ਲੱਸੀ ਗਲੂਕੋਨ ਡੀ ਦਾ ਥੋੜ੍ਹਾ ਪਿਆ ਸੀ ਮੂੰਹ ਜਿਹੜਾ ਬਣਾਇਆ ਸੀ ਨਾ ਉਹਦੇ ਵਿੱਚ ਮਿਕਸ ਕਰਤਾ ਅਤੇ ਬਹੁਤ ਟੇਸਟ ਬਣੀ ਮੇਰੇ ਵੱਲੋਂ ਟੇਸਟ ਕਰੀ ਮਾੜਾ ਸਲੇਟੀ ਖਾਈ ਜਾਂਦਾ ਸਲੇਟੀ ਖਾਈ ਜਾਂਦਾ ਟੇਸਟ ਕਰਕੇ ਦੱਸ ਬਸ ਸਿਲੰਡਰ ਕਰਦਾ ਸਿਲੰਡਰ ਸਿਲੰਡਰ ਮੈਂ ਤਾਂ ਸਿਲੰਡਰ ਹੀ ਕਹਿੰਦਾ ਜਾਣ ਬਚ ਕੇ ਉਹ ਥੋੜੇ ਜਿਹੇ ਦਿੱਤੇ ਆ ਕੰਮ ਕਰ ਬਾਤ ਬਤਾਊ ਤੈਨੂੰ ਦੱਸੀ ਮੈਂ ਦੋ ਲੈ ਆਇਆ ਬਹੁਤ ਟੇਸਟੀ ਬਣ ਗਿਆ ਭਜਾ ਤਾ ਉਹ ਸਾਹ ਚੜਾ ਤਾ ਸਭੀ ਬਾਕੀ ਗਰਨੂਰ ਦੇਖੋ ਕਿਵੇਂ ਨੰਗਾ ਪਿਆ ਹੈ ਨਾ ਅਤੇ ਮੈਂ ਨਹਾਇਆ ਆ ਅਤੇ ਹੁਣ ਮੈਂ ਪੜ੍ਹੂੰਗਾ ਅਤੇ ਚਲੋ ਇਹ ਗੇਮ ਖੇਡਦਾ ਸੀ ਮੈਂ ਪੜ੍ਹ ਵੀ ਲਿਆ ਤੋਂ ਗਾਈਸ ਪੜ੍ਹ ਕੇ ਤਾਂ ਹਟ ਗਿਆ ਅਤੇ ਜੇ ਹੋਰ ਪੜ੍ਹਨਾ ਤਾਂ ਨਿਊਟ੍ਰੀਸ਼ਨ ਜ਼ਰੂਰੀ ਆ ਅਤੇ ਨਿਊਟ੍ਰੀਸ਼ਨ ਕਾਹਦੇ ਨਾਲ ਮਿਲਦੀ ਆ ਆਪਾਂ ਨੂੰ ਇਹਨਾਂ ਨਾਲ ਚੌਲ ਬਣਾਇਆ ਅੱਜ ਦਾਲ ਚੌਲ ਅਤੇ ਨਾਲ ਨਿੰਬੂ ਦਾ ਚਾਰ ਆ ਉਹ ਵੀ ਮਿੱਠਾ ਅਤੇ ਖਾਂਦੇ ਬਹੁਤ ਟੇਸਟੀ ਆ ਗਏ ਮੈਂ ਖਾ ਕੇ ਦੇਖ ਲਿਆ ਗਾਈਸ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਅੱਜ 23 ਮਾਰਚ ਆ ਅਤੇ ਅੱਜ ਦੇ ਦਿਨ ਆਪਣੇ ਦੇਸ਼ ਭਗਤਾਂ ਨੂੰ ਫਾਂਸੀ ਦਿੱਤੀ ਗਈ ਸੀ ਅਤੇ ਉਹ ਆਪਾਂ ਕਦੇ ਵੀ ਨਹੀਂ ਭੁੱਲ ਸਕਦੇ ਇਹਨਾਂ ਨੂੰ ਸਮਰਪਿਤ ਮੈਂ ਇੱਕ ਗੀਤ ਸੁਣਾਉਣ ਲੱਗਿਆ ਆ ਸੁਣੇ ਹੋ ਜਿਹੜਾ ਮੈਂ ਫਣ ਭਗਤ ਸਿੰਘ ਦਾ ਜਿਹੜਾ ਨਹੀਂ ਸੀ ਗੁਲਾਮੀ ਕਰਦਾ ਰੱਸਾ ਚੁੰਮ ਕੇ ਫਾਂਸੀ ਦਾ ਇੱਕ ਤਾਣ ਕੇ ਸੂਲੀ ਚੜਦਾ ਮੁੜ ਕੇ ਆ ਜਾ ਵੀਰ ਆਵੇ
ਬੇਨਤੀ ਕਰਦਾ ਮੈਂ ਫੈਨ ਭਗਤ ਸਿੰਘ ਦਾ ਜਿਹੜਾ ਨਹੀਂ ਸੀ ਗੁਲਾਮੀ ਕਰਦਾ ਮੈਂ ਫੈਨ ਭਗਤ ਸਿੰਘ ਦਾ ਜਿਹੜਾ ਨਹੀਂ ਸੀ ਗੁਲਾਮੀ ਕਰਦਾ ਗਾਇਸ ਹੋਪ ਕਰਦਾ ਤੁਹਾਨੂੰ ਇਹ ਸੌਂਗ ਵਧੀਆ ਲੱਗਿਆ ਹੋਵੇ ਅਤੇ ਜੇ ਵਧੀਆ ਲੱਗਣਾ ਅੱਗੇ ਤੋਂ ਅੱਗੇ ਅੱਗੇ ਨੂੰ ਸ਼ੇਅਰ ਕਰੋ ਤਾਂ ਕਿ ਜਿਹੜੇ ਆਪਣੇ ਦੇਸ਼ ਦੇ ਲੋਕ ਆ ਭੁੱਲ ਰਹੇ ਆ ਚੀਜ਼ ਨੂੰ ਅਤੇ ਉਹਨਾਂ ਨੂੰ ਆਪਾਂ ਯਾਦ ਕਰਵਾ ਸਕੀਏ ਵੀ ਹੈ ਨਾ ਆਪਣੇ ਦੇਸ਼ ਦੇ ਲਈ ਇੱਥੇ ਆਪਾਂ ਹੁਣ ਬੈਠੇ ਹਾਂਗੇ ਹੈ ਨਾ ਉਹ ਇਹਨਾਂ ਦੇਸ਼ ਭਗਤਾਂ ਕਰਨ ਹੀ ਬੈਠੇ ਹਾਂਗੇ ਉਹਨਾਂ ਨੂੰ ਮਾੜਾ ਅਹਿਸਾਸ ਕਰਵਾਈਏ ਆਪਾਂ ਅਤੇ ਜਲਦੀ ਤੋਂ ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਉ ਗਾਇਸ ਤੁਸੀਂ ਇਹਨੇ ਅੱਜ ਦੇ ਵਲੋਗ ਦੇ ਵਿੱਚ ਦੇਖਿਆ ਹੋਣਾ ਹੈ ਨਾ ਕਿ ਅਤੇ ਅੱਜ ਆਪਣੀ ਤੀ ਮਰਜ਼ਾ ਅਤੇ ਉਹਨਾਂ ਦੇ ਦਿਨ 'ਤੇ ਮੈਂ ਗਾਣਾ ਗਾਇਆ ਸੀ ਅਤੇ ਮਜ਼ਾ ਕੀਤਾ ਅੱਜ ਬਟ ਉਹਨਾਂ ਨਹੀਂ ਹੋਇਆ ਅਤੇ ਇੱਧਰ ਬਣ ਗਿਆ ਮੈਂ ਉੱਥੇ ਖੜ੍ਹਾ ਹਾਂ ਅਤੇ ਸਾਰੇ ਇੱਧਰੋਂ ਬਣ ਗਿਆ ਅਤੇ ਜਿਨ੍ਹਾਂ ਨੂੰ ਨਾ ਮੇਰਾ ਗਾਣਾ ਵਧੀਆ ਕਰਿਆ ਉਹਨੂੰ ਸ਼ੇਅਰ ਕਰ ਦਿਉ ਅੱਗੇ ਤੋਂ ਅੱਗੇ ਤਾਂ ਕਿ ਆਪਾਂ ਲੋਕਾਂ ਨੂੰ ਵੱਧ ਤੋਂ ਵੱਧ ਜਾਗਰਿਤ ਕਰੀਏ ਇੰਨਾ ਪਤਾ ਕਿ ਆਪਾਂ ਉਹਨਾਂ ਕਰਕੇ ਹੀ ਹਾਂ ਇੱਥੇ ਨਹੀਂ ਤਾਂ ਹੁਣ ਆਪਾਂ ਵੀ ਜੇਲ੍ਹਾਂ ਵਿੱਚ ਚੱਕੇ ਹਾਂ ਪੀਸ ਦੇ ਹੁੰਦੇ ਠੀਕ ਆ ਅਤੇ ਜਿਨ੍ਹਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਸਬਸਕ੍ਰਾਈਬ ਕਰ ਲੈਣ ਬੈਲ ਆਈਕਨ ਨੂੰ ਪ੍ਰੈਸ ਕਰਨ ਤਾਂ ਕਿ ਲੇਟੈਸਟ ਵਲੋਗ ਤੁਹਾਡੇ ਤੱਕ ਪਹੁੰਚਦੇ ਰਹਿਣ ਅਤੇ ਗਾਇਸ ਅੱਜ ਦੇ ਵਲੋਗ ਦੇ ਵਿੱਚ ਇਹ ਨਹੀਂ ਮਿਲਦੇ ਆ ਫਿਰ ਅਗਲੇ ਵਲੋਗ ਦੇ ਵਿੱਚ।